ਅਸਲਾਮ ਵਾਲੇਕੁਮ ਗਾਇਸ ਕੀ ਹਾਲ ਚਾਲ ਹੈ ਮੀਤ ਸਾਰੇ ਠੀਕ ਹੋਵੋ ਕਿ ਤੇ ਅੱਜ 8 ਫਰਵਰੀ 8 ਫਰਵਰੀ ਇਲੈਕਸ਼ਨ ਦਾ ਦੇਣੇ ਚੀ ਜਾ ਰਹੇ ਜੀ ਵੋਟ ਪਾਉਣ ਰਾਹ ਚੱਲਦੇ ਜਾਨੂ ਮਿਲ ਗਈ ਲਿਫਟ ਮੈਂ ਕਿਾ ਅੱਛੇ ਕੰਮ ਜੀ ਹੋਰ ਵੀ ਆਸਾਨੀ ਹੋਗੀ ਅੱਜ ਕੱਲ ਸਿਆਸਦਾਨ ਉਹਨਾਂ ਰੋੜਾਂ ਤੇ ਵੀ ਆ ਰਹੇ ਨੇ ਜਿਨ੍ਹਾਂ 'ਚ ਕਦੀ ਇਹਨਾਂ ਨੇ ਗੱਡੀ ਵਾੜੀ ਵੀ ਨਹੀਂ ਗਲਤੀ ਨਾਲ ਪਾਕਿਸਤਾਨ 'ਚ ਸਿਆਸਤ ਦੋਈ ਟੋਪ ਨੇ ਨੂੰ ਲਿਖਦੇ ਪੀਟੀਆਈ ਤੇ ਹਰ ਪਾਸੇ ਵੀ ਏਡ ਖੜੀਆਂ ਨੂੰ ਲਿਖਦੇ ਪੀਟੀਆਈ ਦੀਆਂ ਬਹੁਤ ਜ਼ਿਆਦਾ ਹਜੂਮੇ مختلف ਸਕੂਲਾਂ ਤੇ ਸਰਕਾਰੀ ਦਫ਼ਤਰ ਦੇ ਕਰੀਬ مختلف سیاسی جماعتاں پولنگ سٹیشن فارم تصدیق کر کے تقسیم کر رہیے لوواں چھے اس فارم چھے تری ائی ڈی کارڈ دے مطابق کنفرم کیتا جاتا ہے تہاڈا ووٹ کِتھے بنیا تے او جگہ تے تہانوں دس دِتے جائےاں جِویں میرے پچھلے ایڈریس لکھیا ہویا تے میں اوہی انسی ایڈریس دے مطابق جِتھے میرا ووٹ کاسٹ ہونا تے تبو زلا سوید دی لمبے لائن لگی ہوئی کینتا انتظار توں بعد آ کے کا تھک ہار کے میں بیٹھ گیا ਤਿੰਨ ਬੰਦਿਆਂ ਨੂੰ ਇਕੱਠਿਆਂ ਬੁਲਾਇਆ ਜਾਂਦਾ ਹੈ ਜਿਨ੍ਹਾਂ 'ਚ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਵੀ 25 ਮਿੰਟ ਲੱਗ ਜਾਂਦੇ ਨੇ ਜਿਉਂ ਤਿੰਨ ਬੰਦਿਆਂ ਨੂੰ ਵੋਟ ਕਾਸਟ ਕਰਨ ਲੱਗੇ ਤੇ ਫਿਰ ਤਿੰਨ ਬੰਦੇ ਜਾਂਦੇ ਨੇ ਬਜ਼ੁਰਗ ਲੋਗ ਆ ਰਹੇ ਨੇ ਬਾਅਦ 'ਚ ਵੀ ਆ ਰਹੇ ਨੇ ਤੇ ਉਹਨਾਂ ਦਾ ਵੋਟ ਪਾ ਲੈ ਕਾਸ ਕੀਤਾ ਜਾ ਰਿਹਾ ਉਹਨਾਂ ਨੂੰ ਵੇਟ ਨਹੀਂ ਕਰਾਇਆ ਜਾ ਰਿਹਾ ਨੌਜਵਾਨਾਂ ਦੀ ਲਾਈਨ ਇਦਾਂ ਹੀ ਲੱਗੀ ਰਵੇ ਪਾਕਿ ਬਜ਼ੁਰਗਾਂ ਨੂੰ ਪਹਿਲੇ ਬੁਲਾਇਆ ਜਾ ਰਿਹਾ ਭਾਵੇਂ ਬਾਅਦ 'ਚ ਵੀ ਆ ਰਹੇ ਨੇ ਫਿਰ ਵੀ ਉਹਨਾਂ ਦਾ ਵੋਟ ਪਹਿਲੇ ਕਾਸ ਕੀਤਾ ਜਾ ਰਿਹਾ ਤੇ ਵਹੀ ਸੀ ਕਦਰ ਸਫਾਰਸ਼ੀ ਕਰ ਜਾਂਦੇ ਨੇ ਕੋਈ ਕਹਿੰਦਾ ਪੀਟੀਐਨ ਵੋਟ ਪਾ ਕੋਈ ਕਹਿੰਦਾ ਨੋਨ ਲੀਵ ਕੈਮਰੇ ਸਿਰ ਦਰਦ ਹੋਣ ਲੱਗੇ ਲੋਕਾਂ ਨੇ ਇਹ ਗਲਾ ਸੁਣ ਸੁਣ ਜਿਹੜਾ ਦਿਮਾਗ ਕਹਿੰਦਾ ਮੈਂ ਤੇ ਉਹਨੂੰ ਹੀ ਵੋਟ ਪਾਉਂਗਾ ਜਿਹਨੂੰ ਮੇਰਾ ਦਿਲ ਕਹੂਗਾ ਨੰਬਰ ਮੇਰਾ ਲੱਗੇ ਜਾ ਕੇ ਵੋਟ ਪਾ ਕੇ ਆਨੇ ਆ ਖੈਰ ਫਰੀਦ ਨੇ ਯਾਰਾਂ ਨੇ ਵੋਟ ਪਾਤਾ ਇੱਕ ਅੰਗੂਠਾ ਤੇਨੇ ਚੇ ਘਰ ਲਾਖਤਾ ਦੀ ਮੈਂ ਤੇ ਉਹਨੂੰ ਕਿਹਾ ਜੀ ਜ਼ਮੀਨ ਤੇ ਨਹੀਂ ਨਾਕ ਕਰਨ ਲੱਗੇ ਕਹਿੰਦਾ ਨਾ ਬਾਬਾ ਪਹਿਲੀ ਵੜੀ ਆ ਮੈਂ ਕਿਹਾ ਹਾਂ DNA ਵੀ ਦੂਸਰੇ ਹੱਥ ਦੇ ਅੰਗੂਠੇ ਦੀ ਬੈਕ ਸਾਈਡ ਤੇ ਨੇ ਕਲਾ ਨਿਸ਼ਾਨ ਲਾਇਆ ਬਹੁਤ ਪੱਕਾ ਨਿਸ਼ਾਨ ਹੁੰਦਾ ਇਹ ਮਿਟਦਾ ਨਹੀਂ ਮੈਨੂੰ ਕਹਿੰਦਾ ਇਹ ਜਾਂਦੀ ਬਾੜ ਦਾ ਤੋਹਫਾ ਤੇਰੇ ਵਾਸਤੇ ਮੈਂ ਕਾ ਕਬੂਲ ਜੀ ਨਿਕਲੇ ਜੀ ਵ ਮੈਂ ਕਿੱਥੇ ਚਲੀ ਹੂੰ ਕਰਨ ਵਾਪਸ ਟੋਪਨ ਲਈ ਹੋਈ ਜੀ ਬਹੁਤ ਖੜਾਕੇਦਾਰ ਮੌਸਮ ਦੇ ਹਿਸਾਬ ਨਾਲ ਛਿਲਿਆ ਜੀ ਇੱਕ ਮਾਲ ਤੱਕ ਤਰਕਲੀ-ਕਲੀ-ਕਲੀ ਫੜੀ ਯਾਰਾਂ ਨੇ ਖਾਧੀ ਮਜ਼ਾ ਆਇਆ ਜੀ ਵੋਟ ਨਹੀਂ ਨਹੀਂ ਹਾਇਲਰਡ ਹੋ ਰਹੀ ਸੀ ਤੇ ਮੋਬਾਈਲ ਤੱਕ ਤੜਦਾ ਅਲਾਉ ਨਹੀਂ ਕਿ ਤੁਸੀਂ ਅੰਦਰ ਦਫਾਤਰ ਤੇ ਲੈ ਕੇ ਜਾਓ। ਚਰ ਪੇਟੀਏ ਤੇ ਨੂਨ ਲਿਖ ਦਿੱਤੇ ਸਾਰੇ ਦੁਨੀਆ ਫੈਨ ਹੋਈ ਪਈ। ਕੋਈ ਨੂਨ ਲਿਤੀ ਕਾਲ ਕਰਦਨ ਤੇ ਕੋਈ ਪੇਟੀਏ ਦਿੱਤੇ ਮੇਰਾ ਦਿਲ ਤੇ ਉਹ ਹੀ ਕਰਦਾ ਜੋ ਅੱਲਾ ਰਸੂਲ ਦੀ ਗੱਲ ਕਰਦਾ ਤੇ ਮੈਂ ਵੀ ਉਹਨਾਂ ਨੂੰ ਹੀ ਵੋਟ ਪਾ ਕੇ ਆਇਆ ਜਿਹੜੇ ਅੱਲਾ ਰਸੂਲ ਦੀ ਗੱਲ ਕਰਦੇ। ਵੱਡਾ ਪੋਰਟ ਪਾਇਆ ਜੀ ਇਸਲਾਮੀ ਜਮਾਤ ਨੂੰ ਤੇ ਛੋਟਾ ਪੈ ਲੱਭੇ ਕਾਲਿਆਂ। ਪਾਕਿਸਤਾਨ ਇਸਲਾਮੀ ਜਮਹੂਰੀਆ ਪਾਕਿਸਤਾਨ ਉਹੋ ਜੀ ਬਣੇਗਾ ਜੀ ਤੋਂ ਇਸਲਾਮੀ ਹਕਮਤ ਆਣਗੀਆਂ। मेरा ख्याल है कि गिदड़ा शेहर न तो बहुत बड़ी कुमता मिली है लेकिन एक इस्लामी हुकूमत को भी आना चाहिए था। अरे आज क्यों कामयाब नहीं क्योंकि उठे इस्लामी हुकूमतान ने अपने मुल्क अच्छा सोचो वीडियो लाइक करो सब्सक्राइब करो अस्सलाम वालेकुम